ਏਸ਼ੀਆ ਪੰਜਾਬੀ ਟੀਮ ਨਾਲ ਅਸੀਂ ਮੈਡਮ ਮੰਜੂ ਰਾਣਾ ਨਾਲ ਜੋ ਕਿ ਆਪ ਪਾਰਟੀ ਦੀ ਹੁਣੇ ਨੇ ਸ਼ਾਮਿਲ ਹੋਏ ਨੇ ਅਤੇ ਹਲਕਾ ਇੰਚਾਰਜ ਦੀ ਇਹਨਾਂ ਨੂੰ ਬਣਾਇਆ ਗਿਆ ਅਤੇ ਅਸੀਂ ਮੰਜੂ ਰਾਣਾ ਜੀ ਦਾ ਸਵਾਗਤ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਏਸ਼ੀਆ ਪੰਜਾਬੀ ਚੈਨਲ ਵਾਲੇ ਅੱਜ ਮੈਨੂੰ ਲੋਕਾਂ ਤੱਕ ਆਪਣਾ ਵਿਚਾਰ ਪਹੁੰਚਾਉਣ ਦਾ ਮੌਕਾ ਦੇ ਰਹੇ। ਮੈਡਮ ਜੀ, ਜਦੋਂ ਤੁਸੀਂ ਪਹਿਲਾਂ ਜੱਜ ਰਹੇ ਹੋ, ਫੈਸਲੇ ਠੀਕ ਹੀ ਕੀਤੇ ਹੋਣਗੇ, ਹੁਣ ਵੀ ਫੈਸਲਾ ਮਹਾਰਾਜ ਦੀ ਹਜ਼ੂਰੀ 'ਚ ਆਏ, ਤੁਸੀਂ ਫੈਸਲਾ ਠੀਕ ਹੀ ਹੋਏਗਾ? ਦੇਖੋ, ਮੈਂ ਜਿੱਦੋਂ ਦੀ ਜ਼ਿੰਦਗੀ 'ਚ ਬਚਪਨ 'ਚ ਬਹੁਤ ਛੋਟੀ ਉਮਰ 'ਚ ਨੌਕਰੀ ਜੁਆਇਨ ਕੀਤੀ, ਫੈਸਲਾ ਮੈਂ ਅਕਾਲ ਪੁਰਖ ਨੂੰ ਅੱਗੇ ਰੱਖ ਕੇ ਕੀਤਾ। ਕਦੀ ਵੀ ਮੈਂ ਜ਼ਿੰਦਗੀ 'ਚ ਕੋਸ਼ਿਸ਼ ਨਹੀਂ ਕੀਤੀ ਕਿ ਜਿੰਨਾ ਮਰਜ਼ੀ ਅਪਰੋਚ ਕੀਤਾ ਹੋਵੇ ਕਿ ਜਿਹੜਾ ਵਿਚਾਰੇ ਕੋਲ ਪਹਿਲਾਂ ਹੀ ਦੋ ਰੋਟੀਆਂ ਉਹਦੀ ਰੋਟੀ ਮੈਂ ਚੱਕ ਕੇ ਦੂਜੇ ਦੀ ਥਾਲੀ 'ਚ ਪਾ ਦਿੱਤਾ। ਮੈਡਮ ਜੀ, ਤੁਸੀਂ ਇਸ ਹਲਕੇ 'ਚ ਵਿਜਰ ਹੋ, ਤੁਸੀਂ ਗਰਾਊਂਡ ਲੈਵਲ 'ਤੇ ਕਿੱਥੋਂ ਕਿੱਥੋਂ ਜਾ ਰਹੇ ਹੋ? ਮੈਂ ਹਾਲੇ ਕਪੂਰਥਲੇ ਦੇ ਬਾਜ਼ਾਰ ਕੀਤੇ ਨੇ, ਘੁਮਾਰ ਮੰਡੀ ਵੀ ਜਾ ਕੇ ਮੈਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਨੇ, ਜਿੰਨੇ ਇੱਥੇ ਮੈਨੂੰ ਪਰਸਨਲ ਲੋਕ ਜਾਣਦੇ ਹੈਗੇ ਨੇ, ਇਕੱਲੇ ਇਕੱਲੇ ਕੋਲ ਜਾ ਕੇ ਮੈਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣ ਰਹੀ ਹੈਗੀ ਹਾਂ। ਜਿੱਦਣ ਤੋਂ ਮੈਂ ਪਾਰਟੀ 'ਤੇ ਅਪੁਆਇੰਟ ਹੋਈ ਹਾਂ, ਮੈਂ ਸਵੇਰੇ 9 ਵਜੇ ਆ ਜਾਂਦੀ ਹਾਂ ਔਰ ਰਾਤੀ 9 ਵਜੇ ਇੱਥੋਂ ਜਾਂਦੀ ਪਈ ਹੈਗੀ ਹਾਂ। ਹੁਣ ਮੈਂ ਪਿੰਡਾਂ ਤੋਂ ਸ਼ੁਰੂ ਕਰ ਦੇਵਾਂਗੀ, ਘਰ ਘਰ ਜਾਊਂਗੀ, ਘਰ ਘਰ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਾਂਗੀ ਔਰ ਜ਼ਿੰਦਗੀ 'ਚ ਇਹੀ ਕੋਸ਼ਿਸ਼ ਕਰਾਂਗੀ ਕਿ ਹਰ ਬੰਦੇ ਦੀ ਮੁਸ਼ਕਲ ਨੂੰ ਹੱਲ ਕਰ ਸਕਾਂ। ਤੁਸੀਂ ਟ੍ਰੈਫਿਕ ਆਸਾਨ ਕੀਤੀ ਲੋਕਾਂ ਦੇ, ਅਤੇ ਉਹ ਲੋਕ ਹੀ ਉਹ ਕਹਿੰਦੇ ਵੀ ਸਾਡੇ ਨਾਲ ਮੰਜੂ ਰਾਣਾ ਨੇ ਧੱਕਾ ਕੀਤਾ, ਇਹਦੇ ਬਾਰੇ ਕੀ ਕਹਿਣਾ? ਦੇਖੋ, ਜਦੋਂ ਕਾਨੂੰਨ ਦੇ ਦਾਇਰੇ 'ਚ ਤੁਸੀਂ ਐਜ਼ ਏ ਜੱਜ ਕੰਮ ਕਰਦੇ ਹੈਗੇ ਆ, ਉਦੋਂ ਤੁਹਾਨੂੰ ਕਾਨੂੰਨ ਦੇ ਨਾਲ ਹੀ ਚੱਲਣਾ ਪੈਂਦਾ ਵਾ। ਲੇਕਿਨ ਹੁਣ ਮੈਂ ਪੋਲੀਟਿਕਸ ਦੇ ਵਿੱਚ ਜਦੋਂ ਐਂਟਰ ਕੀਤਾ, ਪੋਲੀਟਿਕਸ ਮੈਨੂੰ ਨਹੀਂ ਕਰਨੀ ਆਉਂਦੀ, ਪੋਲੀਟਿਕਸ ਲਈ ਇੱਕ ਮੈਂ ਬਹੁਤ ਅਣਜਾਣ ਔਰਤ ਹਾਂ, ਲੇਕਿਨ ਇਨਸਾਨੀਅਤ ਦਾ ਰੋਲ ਨਿਭਾਵਾਂਗੀ, ਲੋਕਾਂ ਨੂੰ ਸੁਣਾਂਗੀ, ਸੁਣਨ ਤੋਂ ਬਾਅਦ ਲੋਕਾਂ ਦੀ ਸਹਿਮਤੀ ਦੇ ਨਾਲ ਉਸ ਹਿਸਾਬ ਦੇ ਨਾਲ ਇਸ ਪੋਲੀਟਿਕਸ ਦੇ ਵਿੱਚ ਕੰਮ ਕਰਾਂਗੀ। ਸਿਆਸਤ ਵਿੱਚ ਸਭ ਤੋਂ ਵੱਡਾ ਝੂਠ, ਜਿਹਨੂੰ ਝੂਠ ਬੋਲਣਾ ਆਵੇ ਉਹ ਵੱਡਾ ਲੀਡਰ ਬਣ ਜਾਂਦਾ, ਅਤੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇੱਥੇ ਤਾਂ ਅਸੀਂ ਝੂਠ ਬੋਲ ਲਵਾਂਗੇ, ਜਿਹੜੀ ਕੁਦਰਤ ਆ ਉੱਥੇ ਝੂਠ ਨਹੀਂ ਚੱਲਦਾ ਹੈਗਾ। ਇੰਨੇ ਇੰਨੇ ਵੱਡੇ ਰਾਜੇ ਮਹਾਰਾਜੇ ਆਏ, ਸ੍ਰਿਸ਼ਟੀ ਕਰੋੜਾਂ ਸਾਲਾਂ ਤੋਂ ਚੱਲ ਰਹੀ ਹੈਗੀ ਆ, ਉਹ ਕੁਛ ਨਹੀਂ ਨਾਲ ਲੈ ਕੇ ਗਏ। ਤਾਜ ਮਹਿਲ ਵੀ ਇੱਥੇ ਰਹਿ ਗਿਆ, ਲਾਲ ਕਿਲ੍ਹਾ ਵੀ ਇੱਥੇ ਰਹਿ ਗਿਆ, ਰਾਜਸਥਾਨ ਦੇ ਕਿਲ੍ਹੇ ਵੀ ਖਾਲੀ ਪਏ ਹੈਗੇ ਨੇ। ਝੂਠ ਬੋਲ ਕੇ ਮੈਂ ਕੀ ਲੈ ਕੇ ਜਾਣਾ? ਮੈਂ ਕੋਈ ਕਿਲ੍ਹੇ ਤਿਆਰ ਕਰਨ ਲਈ ਨਹੀਂ ਆਈ ਇੱਥੇ, ਨਾ ਮੇਰਾ ਪੋਲੀਟਿਕਸ ਦੇ ਵਿੱਚ ਮਕਸਦ ਹੈ। ਮੈਂ ਤਾਂ ਅਬਦੁਲ ਕਲਾਮ ਜੀ ਦੇ, ਜਿਹੜੇ ਸਾਡੇ ਪ੍ਰੈਜ਼ੀਡੈਂਟ ਰਹਿ ਚੁੱਕੇ ਆ, ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲਣਾ ਚਾਹੁੰਦੀ ਹਾਂ। ਖਾਲੀ ਟੈਚੀ ਨਾਲ ਆਊਂਗੀ ਅਤੇ ਖਾਲੀ ਟੈਚੀ ਨਾਲ ਹੀ ਜਾਊਂਗੀ। ਬਸ ਇਹੀ ਕੋਸ਼ਿਸ਼ ਹੈ ਕਿ ਇਨਸਾਨ ਹੋਣ ਦੇ ਨਾਤੇ ਲੋਕਾਂ ਦੇ ਦੁੱਖ ਦਰਦਾਂ ਨੂੰ ਸੁਣਾਂ, ਅਤੇ ਉਹ ਦੁੱਖ ਦਰਦ ਜਿੱਥੇ ਤੱਕ ਹੋ ਸਕਣ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂ। ਕਿਉਂਕਿ ਪੋਲੀਟਿਕਸ ਮੈਂ ਕੋਈ ਝੂਠਾ ਵਾਅਦਾ ਨਹੀਂ ਕਰੂੰਗੀ ਇੱਦਾਂ ਦਾ, ਜੇ ਤੋਂ ਕੱਲ੍ਹ ਲੋਕ ਮੇਰੇ 'ਤੇ ਨਾਅਰੇ ਲਾਉਣ ਵੀ ਅੱਜ ਮੈਂ ਤੁਹਾਨੂੰ ਨੌਕਰੀ ਦਵਾ ਦਿੱਤੀ ਜੀ, ਇੰਨੀਆਂ ਪੋਸਟਾਂ ਕੱਢ ਦਾਂਗੀ ਜੀ, ਆਹ ਕਰ ਦਾਂਗੀ, ਹਾਂ ਇੰਨਾ ਜ਼ਰੂਰ ਕਰਾਂਗੀ ਕਿ ਜਿਹੜੇ ਸਰਕਾਰੀ ਫੰਡ ਆਉਂਦੇ ਆ ਉਹ ਸਹੀ ਜਗ੍ਹਾ 'ਤੇ ਯੂਟੀਲਾਈਜ਼ ਹੋਣ, ਗਲਤ ਜੇਬਾਂ 'ਚ ਨਾ ਜਾਣ। ਆਪ ਜੀ ਨੂੰ ਟਿਕਟ ਮਿਲਣ ਦਾ ਪੂਰਾ ਵਿਸ਼ਵਾਸ ਹੈ ਜੀ? ਦੇਖੋ, ਇਹ ਤਾਂ ਜਨਤਾ ਦੀ ਪੁਕਾਰ 'ਤੇ ਡਿਪੈਂਡ ਕਰਦਾ ਕਿ ਜਨਤਾ ਮੈਨੂੰ ਕਿੰਨਾ ਪਸੰਦ ਕਰਦੀ ਹੈ, ਜਨਤਾ ਲਈ ਮੈਂ ਕੀ ਕੰਮ ਕਰਦੀ ਹਾਂ। ਕਿਉਂਕਿ ਪਾਰਟੀ 'ਚ ਆਉਣ ਦਾ ਮਕਸਦ ਇਹ ਨਹੀਂ ਹੁੰਦਾ ਕਿ ਅਸੀਂ ਅਹੁਦਾ ਲੈਣਾ ਹੈਗਾ, ਅਸੀਂ ਇੱਦਾਂ ਦੇ ਕੰਮ ਕਰੀਏ ਕਿ ਜਨਤਾ ਖੁਦ ਕਵੇ ਕਿ ਸਾਨੂੰ ਇਹ ਕੈਂਡੀਡੇਟ ਚਾਹੀਦਾ ਹੈਗਾ। ਅਹੁਦੇ ਮੰਗ ਕੇ ਆਉਣ ਦਾ ਤਾਂ ਮਤਲਬ ਇਹੀ ਹੁੰਦਾ ਕਿ ਸਾਡਾ ਕੋਈ ਫਾਈਨੈਂਸ਼ੀਅਲ ਮੋਟਿਵ ਹੈ, ਉਸ ਮੋਟਿਵ ਨਾਲ ਮੈਂ ਇਸ ਖੇਤਰ 'ਚ ਨਹੀਂ ਉਤਰੀ। ਕਿਉਂਕਿ ਪਹਿਲਾਂ ਹੀ ਸਰਕਾਰ ਮੈਨੂੰ ਸਫੀਸ਼ੈਂਟ ਫੰਡ ਦੇ ਰਹੀ ਹੈਗੀ ਆ, ਜੇ ਮੇਰਾ ਮਕਸਦ ਇਹ ਹੋਵੇ ਤਾਂ ਮੈਂ ਆਰਾਮ ਨਾਲ ਘਰ ਬੈਠੇ ਵੀ ਰੋਟੀ ਖਾ ਸਕਦੀ ਹਾਂ। 28 ਸਾਲ ਮੈਂ ਜੁਡੀਸ਼ਰੀ 'ਚ ਰਹੀ ਹਾਂ ਔਰ ਮੈਨੂੰ ਪਰਮਾਤਮਾ ਨੇ, ਉਸ ਕੁਦਰਤ ਨੇ, ਮੇਰੀ ਲਿਆਕਤ ਨੇ ਇੰਨੀ ਦਿੱਤੀ ਹੈ ਕਿ ਮੈਂ ਕਮਾ ਕੇ ਵੀ 2-4 ਲੱਖ ਰੁਪਈਆ ਬੜੇ ਆਰਾਮ ਨਾਲ ਕਮਾ ਸਕਦੀ ਹਾਂ ਉਹਦੇ ਨਾਲ। ਲੇਕਿਨ ਨਹੀਂ, ਮੇਰਾ ਮਕਸਦ ਹੈ ਜਨਤਾ ਦੇ ਕੰਮ ਆਉਣਾ, ਜਨਤਾ ਦੇ ਕੰਮ ਆਉਂਗੀ ਦੁਆਵਾਂ ਮਿਲਣਗੀਆਂ। ਅਕਾਲ ਪੁਰਖ ਵੀ ਇਹੀ ਕਹਿੰਦਾ ਵੀ ਜਨਮ ਲਿੱਤਾ ਹੈਗਾ ਵਾ, ਕਰਮ ਕਰੋ ਧਰਮ ਕਰੋ, ਔਰ ਕਰਮ ਕਰਨ ਲਈ ਇਹ ਕਰਮ ਭੂਮੀ ਦੇ ਵਿੱਚ ਮੈਂ ਛਲਾਂਗ ਲਗਾਈ। ਇਹ ਸਨ ਸਾਡੇ ਨਾਲ ਹਲਕਾ ਵਿਧਾਇਕ, ਹਲਕਾ ਇੰਚਾਰਜ ਆਪ ਪਾਰਟੀ ਦੇ ਮੰਜੂ ਰਾਣਾ ਜੀ, ਜੋ ਕਿ ਬੜੇ ਸ਼ੁੱਧ ਵਿਚਾਰ ਰੱਖਦੇ ਨੇ ਅਤੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਾਉਣ ਨੂੰ ਪਹਿਲ ਦਿੰਦੇ ਨੇ। ਮੈਂ ਗੁਰਦੇਵ ਸਿੰਘ ਭੱਟੀ, ਮੇਰਾ ਨਾਂ ਇੰਦਰਜੀਤ ਸਿੰਘ।